ਅਸਲਾਮ ਵਾਲੇਕਮ ਜੀ। ਹਾਂਜੀ, ਅੱਜ ਕੋਰਮੇ ਦਾ ਮੂਡ ਸੀ, ਦੇਗ ਵਾਲਾ ਕੋਰਮਾ ਜਿਹੜਾ ਸ਼ਾਦੀਆਂ 'ਤੇ ਬਣਦਾ, ਅਤੇ ਬਹੁਤ ਆਸਾਨ ਔਰ ਜਾਦੂਈ ਜੀ ਰੈਸਪੀ ਆ। ਤੁਹਾਨੂੰ ਇਹਦੇ ਇਨਗਰੀਡੀਐਂਟਸ ਦੱਸਦੇ ਹਾਂ ਔਰ ਤੁਹਾਨੂੰ ਇਹਦੀ ਰੈਸਪੀ ਦੱਸਦੇ ਹਾਂ, ਬਹੁਤ ਆਸਾਨ ਆ। ਆਓ, ਇਹਦੇ ਵਾਸਤੇ ਸਾਨੂੰ ਆਇਲ ਚਾਹੀਦਾ ਜਨਾਬ 150 ਗ੍ਰਾਮ, ਔਰ 1 ਕਿਲੋ ਗੋਸ਼ਤ ਆ, ਦਹੀਂ ਆ 1 ਪਾਓ, ਔਰ ਇਹ ਗੌਸੀਆ ਵਾਲਿਆਂ ਦਾ ਵਲੀਮਾ ਗੋਸ਼ਤ ਦਾ ਡੱਬਾ ਜਿਹੜਾ ਕਿ ਅਸਲ ਜਾਦੂ ਆ, ਬਹੁਤ ਪਿਆਰਾ ਟੇਸਟ ਆਉਂਦਾ ਇਹਦੇ ਨਾਲ। ਅਤੇ ਆਓ ਤੁਹਾਨੂੰ ਇਹਦੀ ਮੁਕੰਮਲ ਰੈਸਪੀ ਜਿਹੜੀ ਆ ਉਹ ਦੱਸਦੇ ਹਾਂ, ਇਨਸ਼ਾਅੱਲਾ ਕੋਈ ਐਸਾ ਮੁਸ਼ਕਲ ਨਹੀਂ ਹੈ। ਅਗਰ ਤੁਸੀਂ ਗ੍ਰੇਵੀ ਲਵਰ ਹੋ ਤਾਂ ਇਹ ਪਿਆਜ਼ ਨਾਲ ਬੋਇਲ ਕਰਕੇ ਇਹਦੀ ਗ੍ਰੇਵੀ ਬਣਾ ਲੈਣੀ ਆ, ਇਹ ਆਪਸ਼ਨਲ ਆ। ਅਗਰ ਤੁਸੀਂ ਗ੍ਰੇਵੀ ਲਵਰ ਨਹੀਂ ਤਾਂ ਇਹਦੀ ਕੋਈ ਐਡੀ ਜ਼ਿਆਦਾ ਜ਼ਰੂਰਤ ਨਹੀਂ ਹੈ। ਅਤੇ ਆਓ ਹੁਣ ਆਪਣੀ ਰੈਸਪੀ ਦੀ ਝਲਕ ਤਲਦੇ ਹਾਂ, ਤੁਹਾਨੂੰ ਇਹਦਾ ਨਾ ਬੜਾ ਡਿਟੇਲ ਦੇ ਨਾਲ ਸਮਝਾਉਂਦੇ ਹਾਂ। ਇਹ ਪੈਨ ਲਿਆ, ਕੜਾਹੀ ਲਈ, ਇਹਦੇ 'ਚ ਅਸੀਂ ਆਇਲ ਐਡ ਕਰਨ ਲੱਗੇ ਹਾਂ ਜੀ, 150 ਗ੍ਰਾਮ ਆਇਲ। ਯਾਦ ਰੱਖਣਾ ਕਿ 150 ਗ੍ਰਾਮ ਹੀ ਸਫੀਸ਼ੈਂਟ ਆ, ਜ਼ਿਆਦਾ ਦੀ ਜ਼ਰੂਰਤ ਨਹੀਂ ਤੁਹਾਨੂੰ ਪਏਗੀ। ਇਹ 150 ਗ੍ਰਾਮ ਆਇਲ ਐਡ ਕੀਤਾ ਜੀ ਅਸੀਂ ਇਹਦੇ ਵਿੱਚ, ਜਿੱਦਾਂ ਹੀ ਇਹ ਥੋੜ੍ਹਾ ਜਿਹਾ ਗਰਮ ਹੁੰਦਾ, ਇਹਦੇ ਤੋਂ ਬਾਅਦ ਅਸੀਂ ਇਹਦੇ ਵਿੱਚ ਗੋਸ਼ਤ ਐਡ ਕਰ ਦਾਂਗੇ। ਇਹ ਜਿੱਦਾਂ ਕਿ ਤੁਹਾਡੇ ਸਾਹਮਣੇ ਹੁਣ ਮੈਂ ਗੋਸ਼ਤ ਐਡ ਕਰਨ ਲੱਗਾ, ਇਹ ਦੇਖੋ ਜੀ ਗੋਸ਼ਤ ਐਡ ਹੋ ਗਿਆ। ਇਹਨੂੰ ਅਸੀਂ ਹੁਣ ਇਨਸ਼ਾਅੱਲਾ 5-6 ਮਿੰਟ ਜਿਹੜਾ ਨਾ ਅੱਛੀ ਤਰ੍ਹਾਂ ਫਰਾਈ ਕਰਨਾ, ਅਤੇ ਇਹਦੇ ਫਰਾਈ ਹੋਣ ਨਾਲ ਇਹਦੀ ਸਾਰੀ ਸਮੈਲ ਔਰ ਹਰ ਚੀਜ਼ ਕਲੀਅਰ ਹੋ ਜਾਏਗੀ। ਇਹ ਦੇਖੋ ਗੋਸ਼ਤ ਫਰਾਈ ਹੋ ਗਿਆ 5-6 ਮਿੰਟ, ਇਹ ਬਿਹਤਰੀਨ ਤਰੀਕੇ ਦਾ। ਹੁਣ ਇਹਦੇ ਵਿੱਚ ਅਸੀਂ ਗੌਸੀਆ ਵਾਲਿਆਂ ਦਾ ਪੈਕਟ ਐਡ ਕਰਾਂਗੇ ਵਲੀਮਾ ਗੋਸ਼ਤ ਦਾ, ਅਤੇ ਇਹ ਹੀ ਅਸਲ ਜਾਦੂ ਆ। ਇਹਦੇ ਪਾਉਣ ਤੋਂ ਫੌਰਨ ਬਾਅਦ ਖੁਸ਼ਬੂਆਂ ਸ਼ੁਰੂ ਹੋ ਜਾਂਦੀਆਂ। ਦਹੀਂ ਸ਼ਾਮਿਲ ਕਰਾਂਗੇ ਜਿਹੜਾ ਅਸੀਂ 250 ਗ੍ਰਾਮ ਲਿਆ ਸੀ, ਔਰ ਜਿਹੜੀ ਪਿਆਜ਼ ਦੀ ਗ੍ਰੇਵੀ ਆ, ਕਿਉਂਕਿ ਅਸੀਂ ਜ਼ਰਾ ਗ੍ਰੇਵੀ ਨੂੰ ਪਸੰਦ ਕਰ ਰਹੇ ਸੀ, ਇਹ ਆਪਸ਼ਨਲ ਆ, ਤੁਹਾਨੂੰ ਨਹੀਂ ਜ਼ਰੂਰਤ ਅਤੇ ਨਾ ਇਸਤੇਮਾਲ ਕਰੋ। ਇਹ ਅਸੀਂ ਇਹਦੇ 'ਚ ਗ੍ਰੇਵੀ ਐਡ ਕਰਾਂਗੇ, ਇਹਦੇ ਨਾਲ ਜ਼ਰਾ ਥੋੜ੍ਹਾ ਘਰ ਦੇ ਵਿੱਚ ਇਸਤੇਮਾਲ ਕਰਨ ਵਾਸਤੇ ਖਾਣਾ ਜਿਹੜਾ ਨਾ ਥੋੜ੍ਹਾ ਅੱਛਾ ਹੋ ਜਾਂਦਾ। ਅਤੇ ਅਗਰ ਤੁਸੀਂ ਗ੍ਰੇਵੀ ਨੂੰ ਇੰਨਾ ਅੱਛਾ ਨਹੀਂ ਸਮਝਦੇ ਤਾਂ ਬੇਸ਼ੱਕ ਇਹ ਤੁਸੀਂ ਸਕਿੱਪ ਕਰ ਦਿਉ, ਇਹਦੀ ਜ਼ਰੂਰਤ ਨਹੀਂ ਹੈ। ਇਹਨੂੰ ਮਿਕਸ ਕਰਾਂਗੇ, ਇਹਦਾ ਤੁਸੀਂ ਆਉਂਦਾ ਕਲਰ ਚੈੱਕ ਕਰੋ। ਮਿਕਸ ਕਰਨ ਦੇ ਨਾਲ ਹੀ ਹਾਂਡੀ ਦਾ ਜਿਹੜਾ ਨਾ ਆਪਣਾ ਗੋਸ਼ਤ ਦਾ ਇੱਕ ਫਲੇਵਰ ਆਉਣਾ ਸ਼ੁਰੂ ਹੋ ਗਿਆ, ਸਮੈਲ ਆ ਰਹੀ ਆ ਜਿਹਨੂੰ ਕਿ ਅਸੀਂ ਮਹਿਸੂਸ ਕਰ ਰਹੇ ਹਾਂ, ਔਰ ਬੜਾ ਬਿਹਤਰੀਨ ਇਹਦਾ ਕਲਰ ਆ ਗਿਆ। 5 ਜਾਂ 4 ਮਿੰਟ ਪੱਕਣ ਤੋਂ ਬਾਅਦ ਇਹਨੂੰ ਅਸੀਂ ਰੈਸਟ ਦੇਵਾਂਗੇ। ਇਹ ਪੱਕ ਗਿਆ 4-5 ਮਿੰਟ, ਹੁਣ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ। ਇਹ 150 ਆ, ਤਕਰੀਬਨ 100 ml ਪਾਣੀ ਜਿਹੜਾ ਇਹ ਐਡ ਕਰਤਾ, ਔਰ ਇਸ ਤੋਂ ਬਾਅਦ ਅਸੀਂ ਇਹਨੂੰ ਢੱਕ ਦੇਵਾਂਗੇ ਹਲਕੀ ਅੱਗ ਦੇ ਉੱਪਰ 10-15 ਮਿੰਟ, ਤਾਂ ਕਿ ਗੋਸ਼ਤ ਅੱਛੀ ਤਰ੍ਹਾਂ ਗਲ ਜਾਏ, ਤੁਹਾਡੀ ਮਤਲੂਬਾ ਜ਼ਰੂਰਤ ਦੇ ਮੁਤਾਬਕ ਜਿੰਨਾ ਤੁਸੀਂ ਪਸੰਦ ਕਰਦੇ ਹੋ। ਤਕਰੀਬਨ ਇਹ ਗੋਸ਼ਤ ਹੁਣ ਸਾਡਾ ਗਲ ਗਿਆ, ਇਹ ਦੇਖੋ ਚੈੱਕ ਕਰੋ ਬਿਲਕੁਲ ਰੈਡੀ ਹੋ ਗਿਆ। ਇਹਦੇ ਉੱਪਰ ਹੁਣ ਅਸੀਂ ਇਹਦੀ ਗਾਰਨਿਸ਼ ਵਾਸਤੇ ਸਬਜ਼ ਧਨੀਆ ਜਿਹੜਾ ਇਹ ਸ਼ਾਮਿਲ ਕਰ ਲਾਂਗੇ, ਅਦਰਕ ਦੇ ਸਲਾਈਸ ਕਰਨੇ ਆ ਕਰ ਲਓ, ਅਦਰਵਾਈਜ਼ ਉਹਦਾ ਟੇਸਟ ਆ ਰਿਹਾ ਵਾ। ਖੂਬਸੂਰਤੀ ਵਾਸਤੇ ਅਗਰ ਤੁਸੀਂ ਪਸੰਦ ਕਰਦੇ ਹੋ ਅਦਰਕ ਲਵਰ ਹੋ ਕੱਚਾ, ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ, ਅਦਰਵਾਈਜ਼ ਬਿਹਤਰੀਨ ਹੋ ਗਿਆ। ਮੈਂ ਤੁਹਾਨੂੰ ਇਹ ਹੁਣ ਖਾ ਕੇ ਵੀ ਚੈੱਕ ਕਰਕੇ ਦੱਸਦਾ, ਔਰ ਇਹ ਦੇਖੋ ਇਹਦੀ ਤੁਸੀਂ ਕਿਆ ਬਾਤ ਆ ਲੁੱਕ ਦੀ ਔਰ ਖੁਸ਼ਬੂਆਂ ਦੀ, ਅਤੇ ਖਾ ਕੇ ਵੀ ਕਿਆ ਹੀ ਬਾਤ ਆ ਉਸਤਾਦ ਜੀ, ਮਜ਼ਾ ਆ ਗਿਆ ਉਸਤਾਦ ਜੀ। ਇੱਕ ਵਾਰੀ ਸਾਡੇ ਕਹਿਣ 'ਤੇ ਟਰਾਈ ਕਰਕੇ ਦੇਖੋ, ਇਨਸ਼ਾਅੱਲਾ।